ਸੋ ਜਿੱਥੇ ਤੁਹਾਨੂੰ ਘੋੜਸਵਾਰੀ ਦਰਸ਼ਨ ਕਰਵਾਏ ਨੇ ਨਿਹੰਗ ਸਿੰਘਾਂ ਦੁਆਰਾ, ਜਥੇਬੰਦੀਆਂ ਦੁਆਰਾ, ਜਿੱਥੇ ਛੋਟੇ ਛੋਟੇ ਭਜੰਗੀਆਂ ਦੁਆਰਾ, ਭਜੰਗਲਾਂ ਦੁਆਰਾ ਨੇਜੇਬਾਜ਼ੀ ਦੇ ਦ੍ਰਿਸ਼ ਦਿਖਾਏ ਨੇ, ਉੱਥੇ ਹੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ, ਹੌਸਲਾ ਦੇਣ ਦੇ ਲਈ ਸੁੱਖ ਧਾਲੀਵਾਲ ਜੀ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਨੇ। ਇਹ ਦੱਸਣਯੋਗ ਹੈ ਕਿ ਮੈਂਬਰ ਆਫ ਪਾਰਲੀਮੈਂਟ ਨੇ ਇਸ ਕਸਬੇ ਤੋਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ, ਬਹੁਤ ਬਹੁਤ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਲਾਡਲੀਆਂ ਫੌਜਾਂ ਗੁਰੂ ਘਰ ਦੀਆਂ ਪਹੁੰਚੀਆਂ ਹੋਈਆਂ ਨੇ, ਨਿਹੰਗ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ, ਗੱਤਕੇ ਦੇ ਸ਼ਾਸਤਰ ਵਿੱਦਿਆ ਦੇ ਮੁਕਾਬਲੇ ਦੇਖਣ ਪਹੁੰਚੇ ਹੋ, ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਆਏ ਹੋ, ਕੀ ਕਹਿਣਾ ਚਾਹੋਗੇ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਜਦੋਂ ਦੇਖਦੇ ਹਾਂ ਸਿੱਖ ਵਿਰਾਸਤੀ ਹੈਗੀ ਆ ਇਹ, ਚਾਹੇ ਉਹ ਗੱਤਕੇ ਦੀ ਗੱਲ ਕਰ ਲਈਏ, ਚਾਹੇ ਘੋੜਸਵਾਰੀ ਦੀ ਗੱਲ ਕਰ ਲਈਏ, ਜਦੋਂ ਅੱਜ ਦੇਖਦੇ ਹਾਂ ਅਲਾਈਵ ਐਂਡ ਵੈਲ ਇੱਥੇ ਹੈਗੀ ਆ, ਤਾਂ ਬੜੀ ਖੁਸ਼ੀ ਅਤੇ ਮਾਣ ਹੁੰਦੀ। ਅਤੇ ਮੈਂ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸੇਵਾ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਯਤਨ ਕੀਤਾ ਕਿ ਪੁੱਟ ਟੁਗੈਦਰ ਕੀਤਾ। ਬਾਕੀ ਪੇਰੈਂਟਸ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਗੱਤਕੇ ਦੇ, ਸਾਡੇ ਟੀਚਰ ਨੇ ਬਹੁਤ ਹੀ ਸਤਿਕਾਰਯੋਗ, ਉਹਨਾਂ ਦੀ ਬੜੀ ਵੱਡੀ ਸੇਵਾ ਲੰਬੇ ਸਮੇਂ ਤੋਂ ਇੱਥੇ ਕਰਦੇ ਆ, ਉਹਨਾਂ ਦਾ ਧੰਨਵਾਦ। ਅਤੇ ਇਹ ਬਾਕੀ ਤੁਸੀਂ ਕਵਰ ਕਰ ਰਹੇ ਹੋ, ਦੂਸਰਾ ਪੰਜਾਬ ਕੈਨੇਡਾ ਨੂੰ ਕਿਹਾ ਜਾਂਦਾ, ਸਰੀ ਨੂੰ ਖਾਸ ਕਰਕੇ ਕਿਹਾ ਜਾਂਦਾ, ਅੱਜ ਪੂਰਾ ਪੰਜਾਬੀ ਮਾਹੌਲ ਇੱਥੇ ਲੱਗਦਾ, ਲੱਗਦਾ ਵੀ ਆਪਾਂ ਪੰਜਾਬ 'ਚ ਹੀ ਤੁਰੇ ਫਿਰਦੇ ਹਾਂ। ਦੇਖੋ, ਜਦੋਂ ਕੈਨੇਡਾ ਦੀ ਗੱਲ ਕਰਦੇ ਹਾਂ, ਕਿਉਂਕਿ ਕੈਨੇਡਾ ਜਿਹੜਾ ਹੈ ਉਹਦੀ ਇੱਕੋ ਹੀ ਚੀਜ਼ ਜਿਹੜੀ ਹੈਗੀ ਬਿਊਟੀ, ਉਹ ਬਿਊਟੀ ਹੈਗੀ ਡਾਈਵਰਸਿਟੀ, ਕਿ ਅਸੀਂ ਵੱਖੋ ਵੱਖਰੇ ਧਰਮਾਂ ਤੋਂ, ਵੱਖੋ ਵੱਖਰੇ ਕਲਚਰ, ਵੱਖੋ ਵੱਖਰੇ ਦੇਸ਼ਾਂ ਤੋਂ ਇੱਥੇ ਆ ਕੇ ਵਸੇ ਔਰ ਇਸ ਨੂੰ ਆਪਣਾ ਦੇਸ਼ ਜਿਹੜਾ ਉਹ ਅਪਣਾਇਆ, ਔਰ ਉਹਦੇ ਵਿੱਚ ਜਿਹੜੀ ਡਾਈਵਰਸਿਟੀ ਜਦੋਂ ਦੇਖਦੇ ਹਾਂ ਤਾਂ ਸਹੀ ਚਾਹੁੰਦੇ ਹਾਂ, ਅੱਜ ਇੱਥੇ ਦੇਖ ਰਹੇ ਹਾਂ ਤਾਂ ਉਹ ਜਿਉਂਦੀ ਜਾਗਦੀ ਉਹ ਨਜ਼ਰ ਆ ਰਹੀ ਹੈ। ਡਾਈਵਰਸਿਟੀ ਜਿਹੜੀ ਹੈਗੀ ਉਹ ਕੈਨੇਡਾ ਦੀ ਸਟਰੈਂਥ ਹੈਗੀ ਆ, ਔਰ ਸਿੱਖ ਕਮਿਊਨਿਟੀ ਨੇ ਜੋ ਦੇਖਦੇ ਹਾਂ 1897 ਦੇ ਵਿੱਚ ਪਹਿਲਾ ਸਿੱਖ ਜਿਹੜਾ ਕੈਨੇਡਾ 'ਚ ਆਇਆ ਸੀ, ਉਹਨਾਂ ਨੇ ਚਾਹੇ ਵਰਲਡ ਵਾਰ 1 ਦੀ ਗੱਲ ਕਰ ਲਓ, ਵਰਲਡ ਵਾਰ 2 ਦੀ ਗੱਲ ਕਰ ਲਓ, ਚਾਹੇ ਤੁਸੀਂ ਰੇਲਵੇ ਲਾਈਨਾਂ ਵਿਛਾਉਣ ਦੀ ਗੱਲ ਕਰ ਲਓ, ਲੰਬਰ ਇੰਡਸਟਰੀ, ਅੱਜ ਹਰੇਕ ਕਿੱਤੇ ਦੇ ਵਿੱਚ ਜਿਹੜੇ ਨੇ ਸਿੱਖ ਕਮਿਊਨਿਟੀ ਜਿਹੜੀ ਹੈਗੀ ਕੌਮ ਆ, ਉਹਦੀਆਂ ਆਪਣੀਆਂ ਜੜ੍ਹਾਂ ਨੇ, ਔਰ ਉਹਨਾਂ ਨੇ ਕੈਨੇਡਾ ਦੀ ਉੱਨਤੀ ਵਿੱਚ ਵੱਡਾ ਹਿੱਸਾ ਪਾਇਆ। ਔਰ ਅੱਜ ਜਦੋਂ ਮੈਂ ਨਿੱਕੇ ਬੱਚਿਆਂ ਨੂੰ ਦੇਖਦਾ ਤਾਂ ਇਹ ਸਾਡੀ ਬੜੀ ਵੱਡੀ ਇੰਸਪੀਰੇਸ਼ਨ ਆ। ਕਿਉਂ? ਕਿਉਂਕਿ 100 ਸਾਲ ਤੋਂ ਉੱਤੇ, 125 ਸਾਲ ਤੋਂ ਵੱਧ ਜਿਹੜਾ ਸਾਡੇ ਬਜ਼ੁਰਗਾਂ ਨੇ ਇੱਥੇ ਘਾਲਣਾ ਕਾਲੀ, ਇਹ ਬੱਚੇ ਆ ਜਿਨ੍ਹਾਂ ਨੇ ਅਗਲੀ ਸੈਂਚਰੀ 'ਚ ਲੈ ਕੇ ਜਾਣਾ। ਪੋਲੀਟਿਕਸ ਨਾਲ ਸੰਬੰਧ ਰੱਖਦੇ ਹੋ, ਇੱਥੇ ਯਾਰ ਆਪਣੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕਿਸ ਤਰ੍ਹਾਂ ਡਿਫਰੈਂਸ ਮੰਗਦੇ ਹੋ? ਕਿਉਂਕਿ ਤੁਸੀਂ ਮੈਂਬਰਲੀ ਪਾਰਲੀਮੈਂਟ, ਜੇਕਰ ਆਪਾਂ ਦੂਸਰੇ ਪਾਸੇ ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਗੱਲ ਕਰੀਏ ਤਾਂ ਕਿੱਡਾ ਵੱਡਾ ਲਸ਼ਕਰ ਨਾਲ ਚੱਲਦਾ ਹੈ, ਅਤੇ ਤੁਸੀਂ ਬਹੁਤ ਸਿੰਪਲ ਤਰੀਕੇ ਦੇ ਨਾਲ ਆਮ ਸੰਗਤ ਰੂਪੀ ਇੱਥੇ ਆਏ ਹੋ, ਕੋਈ ਤੁਹਾਡੇ ਨਾਲ ਮੈਨੂੰ ਸਕਿਉਰਿਟੀ ਨਹੀਂ ਲੱਗ ਰਹੀ, ਕੋਈ ਕੁਛ ਨਹੀਂ ਲੱਗ ਰਿਹਾ, ਕਿੰਨਾ ਕੁ ਡਿਫਰੈਂਸ ਆ ਦੋਨੇ? ਦੇਖੋ, ਉੱਥੇ ਦੀ ਗੱਲ ਦੀ ਉਹ ਕਰ ਸਕਦੇ ਆ, ਮੈਂ ਇੱਥੇ ਕਹਿ ਸਕਦਾ। ਕਿਉਂ? ਕਿਉਂਕਿ ਮੈਂ ਸਰੀ ਨਿਊਟਨ ਦੇ ਲੋਕਾਂ ਨੇ, ਪਹਿਲਾਂ ਨਿਊਟਨ ਡੈਲਟਾ ਹੁੰਦਾ ਸੀਗਾ, ਇਹਨਾਂ ਨੇ 5 ਵਾਰ ਪ੍ਰਿਵਲੇਜ ਦਿੱਤੀ, 5 ਵਾਰ ਮੈਨੂੰ ਮੌਕਾ ਦਿੱਤਾ ਮੈਂਬਰ ਆਫ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਦੇ ਵਿੱਚ ਜਾਣ ਦਾ। ਔਰ ਮੈਂ ਇੰਡੀਵਿਜੁਅਲ ਲੋਕ ਜਿਹੜੇ ਡਜਨਟ ਮੈਟਰ, ਕਿਉਂਕਿ ਸਾਡਾ ਦਫ਼ਤਰ 24 ਘੰਟੇ ਖੁੱਲ੍ਹਾ, ਉੱਥੇ ਵੀ ਕੋਈ ਇਹ ਨਹੀਂ ਗਾ ਵੀ ਕੋਈ ਲੋਕ ਲੱਗਿਆ ਜਿਹੜਾ ਮਰਜ਼ੀ ਵਾਕ ਇਨ ਕਰ ਸਕਦਾ। ਔਰ ਮੇਰਾ ਵੀ ਇਹੀ ਹੈਗਾ, ਕਿਉਂਕਿ ਲੋਕ ਜਿਹੜੇ ਆ ਉਹਨਾਂ ਦਾ ਚੁਣਿਆ ਨੁਮਾਇੰਦਾ, ਉਹਨਾਂ ਦੇ ਵਿੱਚ ਵਿਚਰ ਕੇ ਜਿਹੜਾ ਮੈਨੂੰ ਪਿਆਰ ਮਿਲਦਾ, ਖੁਸ਼ੀ ਮਿਲਦੀ, ਅੱਜ ਤੁਸੀਂ ਦੇਖ ਰਹੇ ਹੋ, ਸੋ ਉਹ ਪਿਆਰ ਅਤੇ ਉਹ ਖੁਸ਼ੀ ਜਿਹੜੀ ਆ ਉਹੀ ਮੈਨੂੰ ਜਿਹੜੀ ਆ ਅੱਗੇ ਲਈ ਫਿਰਦੀ। ਮੈਂ ਇਹ ਕਹਿ ਸਕਦਾ ਕਿ ਕੈਨੇਡਾ ਸਾਡਾ ਜਿਹੜਾ ਹੈਗਾ ਇਹ ਮਹਾਨ ਦੇਸ਼ ਆ, ਸਿੱਖ ਕਮਿਊਨਿਟੀ ਔਰ ਸਰੀ ਨਿਊਟਨ ਦੇ ਲੋਕ ਜਿਨ੍ਹਾਂ ਨੇ ਮੈਨੂੰ 5 ਵਾਰ ਪ੍ਰਿਵਲੇਜ ਦਿੱਤੀ ਮੈਂਬਰ ਆਫ ਪਾਰਲੀਮੈਂਟ ਬਣਨ ਦੀ, ਮੈਂ ਹਮੇਸ਼ਾ ਉਹਨਾਂ ਦਾ ਰਿਣੀ ਆ, ਉਹਨਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ, ਉਹਨਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ, ਔਰ ਅੱਜ ਦੇਖੋ ਤੁਸੀਂ ਉਹਨਾਂ ਦੀਆਂ ਖੁਸ਼ੀਆਂ ਜੋ ਸੈਲੀਬ੍ਰੇਸ਼ਨ ਨੇ ਉਹਨਾਂ ਦੇ ਵਿੱਚ ਵੀ। ਆਪਣੇ ਕੈਨੇਡਾ ਤੋਂ ਬਾਹਰ ਪੂਰੇ ਵਰਲਡ ਦੇ ਜਾਂ ਖਾਸ ਕਰਕੇ ਲਈ ਪੰਜਾਬੀ ਜਿਹੜਾ ਭਰਾ ਆਪਾਂ ਨੂੰ ਦੇਖ ਰਹੇ ਨੇ, ਅਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਰ, ਦੇਖੋ, ਮੈਸੇਜ ਮੈਂ ਇੱਕੋ ਦੇਣਾ ਚਾਹੁੰਦਾ, ਕਿਉਂਕਿ ਅਸੀਂ ਇਹਨਾਂ ਦੇਸ਼ਾਂ 'ਚ ਆਏ ਸੀਗੇ, ਹਿੰਦੁਸਤਾਨ ਛੱਡ ਕੇ, ਪੰਜਾਬ ਛੱਡ ਕੇ, ਉਹਦੇ ਵਿੱਚ ਕੀ ਸੀਗਾ? ਇਹ ਸੀ ਕਿ ਸਾਡੀ ਜ਼ਿੰਦਗੀ ਵਧੀਆ ਬਣੇ।
ਅੱਜ ਜਿਹੜੀ ਸਾਡੀ ਜ਼ਿੰਦਗੀ ਹੈਗੀ ਆ, ਅਸੀਂ ਤਾਂ ਆਪਣੀ ਜ਼ਿੰਦਗੀ ਵਧੀਆ ਬਣਾ ਲਈ, ਪਰ ਅੱਜ ਸਾਡਾ ਫੋਕਸ ਜਿਹੜਾ ਅਸੀਂ ਦੇਖ ਰਹੇ ਸੀ ਬਹੁਤ ਯੰਗ ਬੱਚੇ, ਸਾਰਾ ਇਹਨਾਂ ਦੇ ਵਿੱਚ ਸਾਡੀਆਂ ਹੋਪਸ ਜਿਹੜੀਆਂ ਉਹ ਇਹਨਾਂ 'ਚ ਹੋਣੀਆਂ ਚਾਹੀਦੀਆਂ। ਸਾਨੂੰ ਚਾਹੀਦਾ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਈਏ। ਕਿਉਂ? ਦੇਖੋ, ਅਸੀਂ ਪੈਸਾ ਕਮਾ ਲਾਂਗੇ, ਧਨ ਕਮਾ ਲਾ, ਹੋਰ ਬਹੁਤ ਸਾਰੀ ਸ਼ੋਹਰਤ ਕਮਾ ਲਾਂਗੇ, ਪਰ ਜਿਹੜੇ ਬੱਚੇ ਆ, ਜਦੋਂ ਇਹਨਾਂ ਨੂੰ ਅਸੀਂ ਵਧੀਆ ਐਜੂਕੇਸ਼ਨ ਦੇਵਾਂਗੇ, ਜਿਹੜੇ ਬੋਰਡ ਰੂਮਸ 'ਤੇ ਐਵਰੀਡੇ ਡਿਸੀਜਨ ਮੇਕ ਹੁੰਦੇ ਆ, ਉੱਥੇ ਜਦੋਂ ਇਹ ਡਿਸੀਜਨ ਮੇਕ ਕਰਨਗੇ ਤਾਂ ਜਿੱਥੇ ਅਸੀਂ ਕੌਮ ਦਾ ਫਾਇਦਾ, ਉੱਥੇ ਕੈਨੇਡਾ ਦੇਸ਼ ਦਾ ਫਾਇਦਾ ਅਤੇ ਉਹਦੀ ਤਰੱਕੀ ਆ। ਜਿੱਥੇ ਕੌਮ ਤਰੱਕੀ ਕਰੂਗੀ, ਨਾਲ ਕੈਨੇਡਾ ਸਾਡਾ ਦੇਸ਼ ਆ ਉਹ ਤਰੱਕੀ ਕਰੂ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੇ ਵਿਚਾਰ ਨੇ ਜਿਹੜੇ ਧਾਲੀਵਾਲ ਸਾਹਿਬ ਨੇ ਆਪਣੇ ਰੱਖੇ ਨੇ, ਅਤੇ ਬਹੁਤ ਵੱਡੇ ਸੋਹਣੇ ਬੜੇ ਮੈਸੇਜ ਨੇ ਜਿਹੜੇ ਉਹ ਸਾਰੀ ਸੰਗਤ ਦੇ ਨਾਲ ਸਾਂਝੇ ਕੀਤੇ ਨੇ। ਦੇਖਦੇ ਰਹੋ ਪ੍ਰੋਗਰੈਸਿਵ ਪੰਜਾਬ ਅਤੇ ਪੰਜਾਬ ਖਬਰਨਾਮਾ। ਸਰੀ ਦੀ ਧਰਤੀ ਤੋਂ ਜਗਦੀਪ ਸਿੰਘ ਦੀ ਖਾਸ ਰਿਪੋਰਟ।